ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਥੇ ਤੁਹਾਡੇ ਕੋਲ ਆਇਆ, ਮੈਂ ਐਕਟਰ ਹਾਂ, ਪਰ ਮੈਂ ਸਾਰਾ ਕੁਝ ਛੱਡ ਕੇ ਇੱਥੇ ਇਸ ਲਈ ਆਇਆ ਕਿਉਂਕਿ ਮੈਂ ਦੇਸ਼ ਸੇਵਾ ਕਰਨਾ ਚਾਹੁੰਦਾ। ਤੇ ਮੈਂ ਸੋਚਿਆ ਦੇਸ਼ ਸੇਵਾ ਕਰਨੀ ਹੈ ਤਾਂ ਪਹਿਲਾਂ ਆਪਣੇ ਘਰੋਂ ਸ਼ੁਰੂ ਕਰ, ਪੰਜਾਬ ਤੋਂ ਸ਼ੁਰੂ ਕਰਤਾ। ਮੈਂ ਇੱਥੇ ਆਇਆ ਤੁਹਾਡੇ ਵਿੱਚ, ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਜੁੜ ਜਾਓ। ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਮੇਰੇ ਨਾਲ ਜੁੜੋਗੇ? ਪੱਕਾ ਜੁੜੋਗੇ ਮੇਰੇ ਨਾਲ? ਕਿਉਂਕਿ ਆਪਾਂ ਜੁੜ ਕੇ ਇਕੱਠੇ ਹੋ ਕੇ ਅੱਗੇ ਵਧਣਾ। 19 ਤਰੀਕ ਨੂੰ ਕਮਲ ਦੇ ਫੁੱਲ ਦੇ ਉੱਤੇ, ਕਮਲ ਦੇ ਫੁੱਲ ਦੇ ਉੱਤੇ ਜਿਹੜਾ ਬਟਨ ਹੈ ਉਹ ਦਬਾ ਕੇ ਤੁਸੀਂ ਮੈਨੂੰ ਜਿਤਾਓਗੇ, ਮੈਂ ਜਿੱਤਾਂਗਾ। ਆਪਾਂ ਮੋਦੀ ਜੀ ਨੂੰ ਜਿਤਾਉਣਾ। ਆਪਾਂ ਨੂੰ ਬਹੁਤ ਤਕੜਾ ਪ੍ਰਾਈਮ ਮਿਨਿਸਟਰ ਚਾਹੀਦਾ, ਮੋਦੀ ਜੀ ਚਾਹੀਦੇ ਹੈ। ਤੇ ਇੱਥੇ ਤੁਸੀਂ ਮੈਨੂੰ ਤੁਹਾਡੇ ਵਿੱਚ ਬਹਿ ਕੇ ਆਪਾਂ ਬੈਠ ਕੇ ਸਾਰੀਆਂ ਤਕਲੀਫਾਂ ਜਿਹੜੀਆਂ ਵੀ ਹੈਗੀਆਂ ਤੁਸੀਂ ਮੇਰੇ ਨਾਲ ਗੱਲਾਂ ਕਰੋਗੇ, ਮੈਂ ਤੁਹਾਡੇ ਨਾਲ ਜੁੜਾਂਗਾ। ਤੁਸੀਂ ਗੱਲਾਂ ਲੈ ਕੇ ਮੈਂ ਮੋਦੀ ਜੀ ਕੋਲ ਜਾਊਂਗਾ ਤੇ ਸਾਰੇ ਕੰਮ ਪੂਰੇ ਕਰਵਾਊਂਗਾ। ਇਹ ਮੇਰਾ ਵਾਅਦਾ, ਇਹੀ ਮੇਰਾ ਇਰਾਦਾ ਹੈ ਕਿ ਆਪਾਂ ਆਪਣੇ ਪੰਜਾਬ ਨੂੰ ਸਿਰਫ ਅੱਗੇ ਚੱਕ ਕੇ ਲਿਜਾਣਾ, ਅੱਗੇ ਲੈ ਕੇ ਜਾਣਾ। ਜਿੰਨੇ ਵੀ ਆਪਣੇ ਸਾਡੇ ਆਪਣਾ ਯੂਥ ਹੈ, ਉਹਨਾਂ ਨੇ ਮੇਰੀਆਂ ਫਿਲਮ ਦੇਖ ਕੇ ਮੇਰੇ ਨਾਲ ਕਾਫੀ ਮੇਰੇ ਨਾਲ ਜੁੜੇ ਹੈ। ਉਹਨਾਂ ਨਾਲ ਮੈਂ ਹੋਰ ਤਕੜਾ, ਉਹਨਾਂ ਨੂੰ ਤਕੜਾ ਕਰਨਾ, ਉਹਨਾਂ ਨਾਲ ਜੁੜ ਕੇ ਉਹਨਾਂ ਦੇ ਲਈ ਆਪਾਂ ਨੌਕਰੀਆਂ ਲੱਭਣੀਆਂ। ਪਰ ਉਹ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਬੇਬਾ ਬਣਾਉਣਾ, ਆਪਾਂ ਉਹਨਾਂ ਦੇ ਨਸ਼ੇ ਛੁਡਵਾਉਣੇ ਹੈ, ਆਪਾਂ ਉਹਨਾਂ ਲਈ ਕਾਲਜ ਲਗਾਉਣੇ ਹੈ, ਫਿਰ ਉਹ ਤੋਂ ਬਾਅਦ ਉਹਨਾਂ ਨੂੰ ਅੱਗੇ ਬਣਾਉਣਾ। ਮੈਂ ਖੁਦ ਇੱਕ ਸਪੋਰਟਸਮੈਨ ਹਾਂ, ਮੈਂ ਹਰ ਦਿਨ ਸਵੇਰੇ ਉੱਠ ਕੇ ਪਹਿਲਾਂ ਐਕਸਰਸਾਈਜ਼ ਕਰਦਾ। ਉਹ ਇਸ ਲਈ ਕਰਦਾ ਕਿਉਂਕਿ ਉਹ ਮੈਨੂੰ ਤਕੜਾ ਕਰਦੀ ਹੈ। ਪੂਰਾ ਦਿਨ ਮੈਨੂੰ ਫਿਰ ਇੱਦਾਂ ਲੱਗਦਾ ਕਿ ਅੱਜ ਕੋਈ ਵੀ ਸਾਹਮਣੇ ਆ ਜਾਏ ਮੈਂ ਤੁਹਾਨੂੰ ਚੱਕ ਦੂੰਗਾ, ਇੰਨੀ ਤਾਕਤ ਆ ਜਾਂਦੀ ਹੈ। ਤੇ ਮੈਂ ਜਵਾਕਾਂ ਦੇ ਵਿੱਚ ਉਹੀ ਤਾਕਤ ਦੇਣਾ ਚਾਹੁੰਦਾ, ਪੋਜ਼ਿਟਿਵ ਤੇ ਲੈ ਕੇ ਜਾਣਾ ਚਾਹੁੰਦਾ, ਸਹੀ ਸਹੀ ਰਾਹ ਲੈ ਕੇ ਜਾਣਾ ਚਾਹੁੰਦਾ। ਤਾਂ ਹੀ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਜਿਤਾਓ। ਮੇਰੇ ਵੀ ਦੋ ਬੇਟੇ ਹੈ, ਮੈਂ ਸਮਝ ਸਕਦਾ, ਤੇ ਮੇਰੇ ਨਾਲ ਜੁੜੇ ਹਾਂ ਤਾਂ ਇਹਨਾਂ ਨਾਲ ਖੜ ਕੇ ਆਪਾਂ ਆਪਣੇ ਪੰਜਾਬ ਨੂੰ ਆ ਕੇ ਅੱਗੇ ਲੈ ਕੇ ਜਾਣਾ। ਆਪਾਂ ਆਪਣੀਆਂ ਨਸਲਾਂ ਤਕੜੀਆਂ ਕਰਨੀਆਂ ਫਿਰ ਤੋਂ। ਬਸ ਮੈਨੂੰ ਇੱਕ ਦਫਾ ਤਾਂ ਕਹਿ ਦੋ ਕਿ ਤੁਸੀਂ ਮੇਰੇ ਨਾਲ ਹੋ। ਉਹ ਸੋਚ ਦੀ ਬੋਲੋ, ਮੇਰੇ ਤੋਂ ਪਹਿਲਾਂ ਵਿਨੋਦ ਜੀ ਇੱਥੇ ਤੁਹਾਡੇ ਨਾਲ ਸੀਗੇ, ਉਹ ਤੁਹਾਡੇ ਨਾਲ ਉਹਨਾਂ ਨੇ 4 ਟਰਮਸ ਕੱਟੇ ਤੇ ਉਹਨਾਂ ਨੇ ਤੁਹਾਡੇ ਨਾਲ ਢੇਰ ਸਾਰਾ ਕੰਮ ਕੀਤਾ, ਤੁਹਾਡੀਆਂ ਗੱਲਾਂ ਅੱਗੇ ਲੈ ਕੇ ਗਏ। ਹੁਣ ਮੈਂ ਵੀ ਉੱਥੋਂ ਹੀ ਆ ਰਿਹਾ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਹਨਾਂ ਦੇ ਕੰਮ ਨੂੰ ਅੱਗੇ ਹੀ ਲੈ ਕੇ ਜਾਵਾਂ, ਕਿਉਂਕਿ ਮੈਨੂੰ ਇੰਨਾ ਹੀ ਕਿ ਇੱਕ ਹੀ ਤਰੀਕਾ ਆਉਂਦਾ, ਅੱਗੇ ਵਧਣਾ, ਕਦੀ ਪਿੱਛੇ ਨਹੀਂ ਜਾਂਦਾ, ਮੈਂ ਸਿਰਫ ਅੱਗੇ ਚੱਲਦਾ। ਤੇ ਹੁਣ ਗੱਲ ਆਈ ਡਾਇਲੋਗਸ ਦੀ, ਆ 2.5 ਕਿਲੋ ਦਾ ਹੱਥ ਜਦ ਉੱਠਦਾ ਤਾਂ ਬੰਦਾ ਉੱਠਦਾ ਨਹੀਂ, ਉੱਠ ਜਾਂਦਾ। ਇਹ ਤਾਕਤ ਜਿਹੜੀ ਹੈਗੀ ਇਹ ਮੈਨੂੰ ਤੁਹਾਡੇ ਵਿਸ਼ਵਾਸ ਦੀ ਤਾਕਤ ਹੈ, ਤੁਹਾਡੇ ਪਿਆਰ ਦੀ ਤਾਕਤ ਹੈ। ਤੁਸੀਂ ਮੇਰੇ ਨਾਲ ਜੁੜ ਗਏ ਹੋ, ਮੈਂ ਕਦੀ ਟੁੱਟਣ ਨਹੀਂ ਦੇਵਾਂਗਾ। ਜੋ ਬੋਲੋ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹਿੰਦੁਸਤਾਨ 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 ਜ਼ਿੰਦਾਬਾਦ ਹੈ, ਹਿੰਦੁਸਤਾਨ ਜ਼ਿੰਦਾਬਾਦ ਰਹੇਗਾ। ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ।